ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੇਹਾ ਦਾ ਵੀਜ਼ਾ ਆਫਿਸ ਤੋਂ ਇੱਕ ਵਾਰ ਫਿਰ ਹਾਜ਼ਰ ਹੋਈ ਹਾਂ US ਟੂਰਿਸਟ ਔਰ ਵਿਜ਼ਟਰ ਵੀਜ਼ੇ ਦੀਆਂ ਲੇਟੈਸਟ ਅਪਡੇਟਸ ਲੈ ਕੇ। ਸੋ ਇਸ ਮੰਚ ਦੇ ਥਰੂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਜੋ ਵੀ ਲੇਟੈਸਟ ਅਪਡੇਟ ਆਵੇ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ, ਔਰ ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਮੈਨੂੰ ਕਮੈਂਟ ਕਰ ਸਕਦੇ ਹੋ। ਸੋ ਅੱਜ ਆਪਾਂ ਗੱਲ ਕਰਾਂਗੇ ਕਿ USA ਲਈ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਹੁੰਦੀ ਆ। ਸੋ ਸਭ ਤੋਂ ਮੇਨ ਚੀਜ਼ ਕੀ ਆ ਕਿ USA ਇੱਕ ਇੱਦਾਂ ਦੀ ਕੰਟਰੀ ਹੈ ਜਿੱਥੇ ਸਭ ਤੋਂ ਘੱਟ ਡਾਕੂਮੈਂਟਸ ਦੀ ਜ਼ਰੂਰਤ ਪੈਂਦੀ ਆ, ਕਿਉਂਕਿ ਤੁਹਾਡਾ ਸਿਰਫ ਔਨਲਾਈਨ DS-160 ਐਪਲੀਕੇਸ਼ਨ ਫਾਰਮ ਜਾਂਦਾ, ਔਰ USA ਕੀ ਕਹਿੰਦਾ ਹੈ, ਉਹ ਕਹਿੰਦਾ ਹੈ ਕਿ ਇੰਡੀਆ ਦੇ ਵਿੱਚ ਡਾਕੂਮੈਂਟਸ ਪੈਸਿਆਂ ਦੇ ਵੀ ਬਣ ਜਾਂਦੇ, ਮੈਨੂੰ ਆ ਕੇ ਮਿਲੋ, ਇੱਥੇ ਤੁਹਾਡੀ ਇੰਟਰਵਿਊ ਹੋਣੀ ਆ। ਔਰ ਸਭ ਤੋਂ ਪਲੱਸ ਪੁਆਇੰਟ ਕੀ ਆ ਕਿ ਇੱਥੇ ਫਾਈਨੈਂਸ਼ੀਅਲ ਤੁਹਾਡਾ ਸਟੇਟਸ ਇੰਨਾ ਮੈਟਰ ਨਹੀਂ ਕਰਦਾ। ਬੈਂਕ ਸਟੇਟਮੈਂਟ ਤੁਸੀਂ ਕੈਰੀ ਨਾਲ ਜ਼ਰੂਰ ਕਰਨੀ ਹੁੰਦੀ ਆ, ਬਟ ਉਹ ਨਹੀਂ ਦੇਖਦੇ। ਉਹ ਡਾਕੂਮੈਂਟਸ ਕਿਹੜੇ ਦੇਖਦੇ ਆ? ਜੋ ਐਪਲੀਕੇਸ਼ਨ ਫਾਰਮ ਦੇ ਵਿੱਚ ਆ। ਸੋ ਐਪਲੀਕੇਸ਼ਨ ਫਾਰਮ ਦੇ ਵਿੱਚ ਕਿਤੇ ਕੋਲਮ ਨਹੀਂ ਹੈਗਾ ਤੁਹਾਡੇ ਕੋਲ ਕਿੰਨੀ ਪ੍ਰੋਪਰਟੀ ਆ, ਕਿੰਨੀ ਵੈਲਿਊ ਬੈਂਕ ਅਕਾਊਂਟਸ ਹੈਗੇ ਆ, ਕੀ ਤੁਹਾਡੀ CA ਰਿਪੋਰਟ ਹੈਗੀ ਆ। ਸਿਰਫ ਮੈਟਰ ਕੀ ਕਰਦਾ? ਤੁਹਾਡੀ ਪ੍ਰੋਫਾਈਲ, ਕਿ ਤੁਸੀਂ ਕੰਮ ਕੀ ਕਰਦੇ ਹੋ। ਸੋ ਉਹਦੀ ਤੁਹਾਨੂੰ ਪ੍ਰੋਪਰ ਨੌਲੇਜ, ਓਬਵੀਅਸ ਅਗਰ ਤੁਸੀਂ ਜੈਨੂਅਨ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਉਹਦੀ ਨੌਲੇਜ ਹੋਏਗੀ। ਸੋ ਸਿਰਫ ਤਾਂ ਸਿਰਫ ਜ਼ਰੂਰਤ ਹੈਗੀ ਤੁਹਾਡਾ IQ ਲੈਵਲ, ਤੁਹਾਡੀ ਬੋਡੀ ਲੈਂਗੁਏਜ, ਪਲੱਸ ਤੁਹਾਨੂੰ ਆਪਣੇ ਐਪਲੀਕੇਸ਼ਨ ਫਾਰਮ 'ਚ ਪਤਾ ਹੋਣਾ ਚਾਹੀਦਾ ਕੀ ਭਰਿਆ ਵਾ। ਸੋ ਡਾਕੂਮੈਂਟਸ ਦੀ ਬਹੁਤ ਹੀ ਘੱਟ ਰਿਕੁਆਇਰਮੈਂਟ ਹੁੰਦੀ ਆ। ਸੋ ਹੁਣ ਅਪੁਆਇੰਟਮੈਂਟ ਵਾਲਾ ਜਿਹੜਾ ਸਿਸਟਮ ਸੀਗਾ, ਹੁਣ ਅਪੁਆਇੰਟਮੈਂਟਸ ਵੀ ਮਿਲਣੀਆਂ ਸ਼ੁਰੂ ਹੋ ਗਈਆਂ। T20 ਮੈਚ ਆ ਰਹੇ ਆ, ਪਰਪਸ ਆਫ ਵਿਜ਼ਿਟ ਬਹੁਤ ਸਟਰੋਂਗ ਆ। ਤੁਸੀਂ ਔਨਲਾਈਨ ਵੀ ਸਾਡੇ ਨਾਲ ਅਪਲਾਈ ਕਰ ਸਕਦੇ ਹੋ। ਸੋ ਕਾਲ ਕਰੋ ਤਾਂ ਵੀਜ਼ਾ ਆਫਿਸ 90410 90410 'ਤੇ। ਸਤਿ ਸ਼੍ਰੀ ਅਕਾਲ।